एम खबर रामपुरा फूल तो पंजाब च कुटमार दी घटनावां रुकणा नाल नहीं लै रहियां ने। मामला सामने आया बठिंडा जिले दे शहर रामपुरा फूल तो जिथे कुछ अनपछाते व्यक्तियां दे वलों एक हेड ग्रंथी दी कुटमार करके दस्तार ला दित्ती गई। दरअसल बाजारां दे विच वड्डे वड्डे जाम लगन लई मशहूर शहर रामपुरा फूल जिथे हर रोज लोग जाम लगन कारण परेशान रहिंदे ने, उथे बीते दिनी न्यू मार्केट नजदीक जाम लगन कारण गुरुद्वारा भगत बाबा नामदेव दे हेड ग्रंथी ਅਤੇ ਅਣਪਛਾਤੇ ਵਿਅਕਤੀਆਂ ਦੇ ਵਿੱਚ ਤੂ ਤੂ ਮੈਂ ਮੈਂ ਹੋ ਗਈ ਤੇ ਮਾਮਲਾ ਵੱਧਾ ਵੱਧਾ ਹੱਥੋਪਾਈ ਤੱਕ ਪਹੁੰਚ ਗਿਆ। ਗ੍ਰੰਥੀ ਦੀ ਪੂਰੀ ਤਰ੍ਹਾਂ ਦੇ ਨਾਲ ਕੁੱਟਮਾਰ ਹੋਈ ਤੇ ਦਸਤਾਰ ਤੱਕ ਲਾ ਦਿੱਤੀ ਗਈ। ਪਤਾ ਲੱਗਦੇ ਹੀ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਨ ਲੱਗੇ। ਮਾਮਲਾ ਵੱਧਾ ਵੇਖ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਬਣਦੀ ਕਾਰਵਾਈ ਦਾ ਭਰੋਸਾ ਦਿੰਦਾ ਲੋਕਾਂ ਨੂੰ ਸ਼ਾਂਤ ਕਰਾਇਆ ਗਿਆ। ਸਿੰਘ ਸਾਹਿਬ, ਇੱਕ ਪਤਾ ਲੱਗਿਆ ਕੱਲ ਕੁਛ ਅਣਪਛਾਤੇ ਬੰਦਿਆਂ ਨੇ ਤੁਹਾਡੀ ਕੁੱਟਮਾਰ ਕੀਤੀ ਆ, ਕੀ ਕਹਿਣਾ ਸਰ ਤੁਹਾਡਾ? ਮੈਂ ਕੱਲ੍ਹ ਗੁਰਦੁਆਰਾ ਸਾਹਿਬ ਭਗਤ ਬਾਬਾ ਨਾਮਦੇਵ ਜੀ ਤੋਂ ਸਾਡੀ ਜਗ੍ਹਾ ਬਣ ਰਹੀ ਮੈਂ ਉੱਧਰ ਹੀ ਜਾਂਦਾ ਸੀ ਅਤੇ ਰਾਹ ਦੇ ਵਿੱਚ ਕੁਛ ਟ੍ਰੈਫਿਕ ਹੋਣ ਲੱਗੇ ਕਾਰਨ ਅਤੇ ਮੈਂ ਮੋਟਰਸਾਈਕਲ ਰੁਕ ਗਿਆ ਅਤੇ ਇੱਕ ਸਕਾਰਪੀਓ ਗੱਡੀ ਸੀ ਅਤੇ ਜਿਸ ਵੇਲੇ ਮੈਂ ਮੋਟਰਸਾਈਕਲ ਲੰਘਣ ਲੱਗਿਆ ਅਤੇ ਉਹ ਮੈਨੂੰ ਕਹਿੰਦੇ ਵੀ ਤੂੰ ਜ਼ਿਆਦਾ ਕਾੜੀ ਹੈ। ਮੈਂ ਉਹਨਾਂ ਨੂੰ ਕਿਹਾ ਮੈਂ ਹਰੀ ਵੀਰ ਜੀ ਮੈਂ ਜਲਦੀ ਜਾਣਾ ਮੈਨੂੰ ਕਾੜੀ ਹੈ। ਉਹ ਕਹਿਣ ਲੱਗੇ ਵੀ ਤੂੰ ਸਾਡੇ ਕਿੰਨੀ ਕੌਰ ਚੱਕਦਾ। ਮੈਂ ਕਿਹਾ ਵੀ ਮੈਂ ਕੁਛ ਨਹੀਂ ਕਿਹਾ ਤੁਹਾਨੂੰ, ਮੈਂ ਤੁਹਾਨੂੰ ਜਾਣਦਾ ਨਹੀਂ। ਉਹ ਕਹਿੰਦਾ ਦੋ ਮਿੰਟ ਰੁਕ, ਇਸ ਤਰ੍ਹਾਂ ਗੱਲ ਕਰਨੀ ਹੈ। ਮੈਂ ਦੋ ਮਿੰਟ ਰੁਕਿਆ ਅਤੇ ਦੋਵੇਂ ਜਾਣੇ ਆ ਕੇ ਉਹਨਾਂ ਨੇ ਥੱਪਣਾ ਨਾਲ ਮੈਨੂੰ ਮਾਰਨਾ ਕੀਤਾ ਅਤੇ ਮੇਰੀ ਦਸਤਾਰ ਲਾਈ ਕਾਰ ਮੇਰੇ ਸਰੀਰ ਆਪਣਾ ਕੰਘਾ ਜਿਹੜਾ ਸੀ ਉਹ ਥੱਲੇ ਸੁੱਟਿਆ, ਕੇਸਾਂ ਨੂੰ ਵੀ ਫੜ ਲਿਆ, ਕੇਸਾਂ ਦੀ ਬੇਅਦਬੀ ਕੀਤੀ ਉਹਨਾਂ, ਕਾਫੀ ਕੁਝ ਜਿਹੜੀ ਕੁੱਟਮਾਰ ਉਹਨਾਂ ਨੇ ਕੀਤੀ। ਅਤੇ ਜਾਣ ਲੱਗੇ ਉਹਨਾਂ ਨੇ ਇਹ ਗੱਲ ਕਹੀ ਵੀ ਜੋ ਤੇ ਇੱਥੇ ਬਣਦਾ ਜੋ ਤੂੰ ਕਰ ਸਕਦਾ ਕਰ ਲਾ। ਮੈਂ ਉਹਨਾਂ ਨੂੰ ਉਹਦੇ ਉਸ ਵੇਲੇ ਵੀ ਮੈਂ ਕਹਿੰਦਾ ਰਿਹਾ, ਮੈਂ ਹਜੇ ਮੈਂ ਕੁਛ ਨਹੀਂ ਕਿਹਾ ਤੁਹਾਨੂੰ, ਮੇਰੀ ਨਹੀਂ ਗਲਤੀ। ਪਰ ਉਹਨਾਂ ਨੇ ਇੰਨੀ ਗੱਲ ਸੁਣਨ ਦੇ ਬਾਅਦ ਵੀ ਮੈਨੂੰ ਨਾਲ ਧੱਕੇਸ਼ਾਹੀ ਕੀਤੀ, ਪੂਰੀ ਗੁੰਡਾਗਰਦੀ ਕੀਤੀ ਜੀ। ਬਾਬਾ ਨਾਮਦੇਵ ਗੁਰਦੁਆਰਾ ਦੇ ਗ੍ਰੰਥੀ ਹਰਜੀਤ ਸਿੰਘ ਜੀ, ਉਹਨਾਂ ਦੀ ਕੱਲ੍ਹ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੀ ਹੈਗੀ ਆ ਕੁੱਟਮਾਰ ਕੀਤੀ ਗਈ ਆ, ਕੇਸਾਂ ਦੀ ਪਤਾ ਲੱਗਿਆ ਬੇਅਦਬੀ ਕੀਤੀ ਗਈ ਆ, ਕੀ ਕਹਿਣਾ ਤੁਹਾਡਾ? ਬਹੁਤ ਨਿੰਦਣਯੋਗ ਹੋਈ ਹੈ ਜੀ ਇਹ ਜਿਹੜੀ ਘਟਨਾ ਹੋਈ ਹੈ ਜੀ। ਕੱਲ੍ਹ ਬਾਜ਼ਾਰ ਦੇ ਵਿੱਚ ਜੀ ਇੱਕ ਗ੍ਰੰਥੀ ਸਿੰਘ ਜੀ ਜਾ ਰਹੇ ਨੇ ਅਤੇ ਇੱਕ ਬੰਦਾ ਪੱਗ ਨੂੰ ਹੱਥ ਪਾ ਲਵੇ ਅਤੇ ਸਿੱਖਾਂ ਲਈ ਬਹੁਤ ਮਾੜੀ ਗੱਲ ਹੈ ਜੀ। ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਵੀ ਸਿੱਖ ਜਥੇਬੰਦੀਆਂ ਤੋਂ ਵੀ ਸਭ ਤੋਂ ਇਹੀ ਆਸ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜੀ। ਕੱਲ੍ਹ ਨੂੰ ਕੋਈ ਹੋਰ ਸਰਦਾਰ ਸਿੱਖ ਭਰਾ ਜਾਂ ਗ੍ਰੰਥੀ ਨੂੰ ਰਾਹ ਜਾਂਦੇ ਨੂੰ ਪੱਗ ਨੂੰ ਹੱਥ ਨਾ ਪਾ ਸਕੇ ਅਤੇ ਸਿੱਖੀ ਦੀ ਬੇਦਬੀ ਨਾ ਹੋ ਸਕੇ। ਇਸ ਲਈ ਅਸੀਂ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਹਰਜੀਤ ਸਿੰਘ ਜੀ ਦਾ ਇਹਦਾ ਸਾਥ ਦੇਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਅਤੇ ਉਹ ਬੰਦੇ ਆ ਕੇ ਮਾਫ਼ੀ ਮੰਗਣ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਹ ਗੁਰਦੁਆਰਾ ਸਾਹਿਬ ਜਿਹੜੇ ਗ੍ਰੰਥੀ ਸੀਗੇ ਇਹਨਾਂ ਦੀ ਕੁੱਟਮਾਰ ਹੋਈ ਹੈ ਕੱਲ੍ਹ, ਕੇਸਾਂ ਦੀ ਵੀ ਪਤਾ ਲੱਗਿਆ ਬੇਅਦਬੀ ਕੀਤੀ ਗਈ ਆ, ਕੀ ਕਹਿਣਾ ਸਰ ਤੁਹਾਡਾ? ਅਸੀਂ ਕਹਿੰਦੇ ਜੀ ਬਾਜ਼ਾਰ ਦੇ ਵਿੱਚ ਗੁਰਦੁਆਰਾ ਗ੍ਰੰਥੀ ਦੀ ਕੁੱਟਮਾਰ ਹੋਈ ਹੈ ਜਿਹੜੀ ਬਾਜ਼ਾਰ ਦੇ ਵਿੱਚ, ਇਹ ਜੋ ਗੁੰਡਿਆਂ ਨੂੰ ਨੱਥ ਪਾਉਣੀ ਚਾਹੀਦੀ ਆ। ਹਰੇਕ ਬੰਦੇ ਨੂੰ ਇੱਦਾਂ ਬਾਜ਼ਾਰ 'ਚ ਜਾਂਦੇ ਜਿਹਨੂੰ ਮਰਜ਼ੀ ਕੁੱਟ ਦੇਣ। ਅਸੀਂ ਚਾਹੁੰਦੇ ਹਾਂ ਵੀ ਪੁਲਿਸ ਦੀ ਜਿਹੜੀ ਕਾਰਵਾਈ ਆ ਉਹ ਜਲਦੀ ਤੋਂ ਜਲਦੀ ਅਤੇ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਹੈ। ਉਹਨਾਂ ਬੰਦਿਆਂ ਉੱਤੇ ਪਰਚਾ ਦਰਜ ਹੋਣਾ ਚਾਹੀਦਾ, ਅਸੀਂ ਇੰਨਾ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਜੋ ਘਟਨਾ ਹੋਈ ਹੈ ਉਹ ਸਭ ਤੋਂ ਨਿੰਦਣਯੋਗ ਹੈ ਕਿ ਸਾਡੇ ਹੈੱਡ ਗ੍ਰੰਥੀ ਬਾਬਾ ਹਰਜੀਤ ਸਿੰਘ ਜੀ ਨਾਲ ਕੱਲ੍ਹ ਜਿਹੜੀ ਕੁੱਟਮਾਰ ਹੋਈ ਹੈ ਉਹਨੂੰ ਬੜੀ ਹੀ ਅਸੀਂ ਦੁਖਦਾਈ ਮੰਨਦੇ ਹਾਂ। ਉਹਨਾਂ ਦੀ ਪੱਗ ਲਾਈ ਗਈ ਹੈ, ਨਾਲੇ ਬਾਲਾਂ ਦੀ ਵੀ ਬੇਅਦਬੀ ਕੀਤੀ ਗਈ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਨਾਲ ਵੱਧ ਤੋਂ ਵੱਧ ਜਿੰਨੀ ਵੀ ਕਾਰਵਾਈ ਹੈ ਹੁਣ ਕਾਰਵਾਈ ਹੋਣੀ ਚਾਹੀਦੀ ਹੈ ਜੀ, ਕਿ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਉਹਨਾਂ 'ਤੇ ਧਾਰਾ 295A ਲਾਉਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Are you worried about your child's future? Then here is a golden chance to join Doon Senior Secondary Public School for bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus one and plus two students. Admission open from now for nursery to 9th and plus one in commerce, arts and medical stream. Join Doon Senior Secondary Public School, Karyadwala, District Bathinda. Contact on 94179-40107 and 9988472857.